ਅੱਜ ਤੁਹਾਡੇ ਨਾਲ ਇੱਕ ਅਜਿਹੀ ਅਨੋਖੀ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਜਿਸ ਵਿੱਚ ਇੱਕ ਲੜਕੀ ਨੇ ਲੜਕੀ ਦੇ ਨਾਲ ਹੀ ਵਿਆਹ ਕਰਵਾ ਲਿਆ। ਅੱਜ ਕੱਲ ਦੇ ਮਾਡਰਨ ਸਮਾਜ ਵਿੱਚ ਮੁੰਡੇ ਕੁੜੀਆਂ ਉਹ ਕੰਮ ਕਰ ਰਹੇ ਹਨ ਜੋ ਪਹਿਲਾਂ ਕਦੇ ਨਾ ਹੋਏ ਹਨ ਤੇ ਨਾ ਹੀ ਕਿਸੇ ਨੇ ਸੋਚੇ ਸੀ। ਅਜਿਹੇ ਵਿਆਹਾਂ ਦਾ ਸਮਾਜ ਤੇ ਕੀ ਅਸਰ ਪਵੇਗਾ, ਇਸ ਦਾ ਫੈਸਲਾ ਤੁਸੀਂ ਆਪ ਹੀ ਕਰਨਾ ਹੈ ਅਤੇ ਜਵਾਬ ਕਮੈਂਟਾਂ ਵਿੱਚ ਜ਼ਰੂਰ ਦੇਣਾ। ਸੋਨੀਆ ਤੇ ਪੂਨਮ ਨਾਮ ਦੀਆਂ ਦੋ ਕੁੜੀਆਂ ਮੰਡੀ ਗੋਬਿੰਦਗੜ੍ਹ ਦੇ ਕਾਲਜ ਵਿੱਚ ਪੜ੍ਹਦੀਆਂ ਸੀ ਤੇ ਉੱਥੇ ਹੀ ਹੋਸਟਲ ਦੇ ਵਿੱਚ ਰਹਿੰਦੀਆਂ ਸੀ। ਵੈਸੇ ਉਹ ਲੁਧਿਆਣੇ ਜ਼ਿਲ੍ਹੇ ਨੂੰ ਬਿਲੋਂਗ ਕਰਦੀਆਂ ਸੀ। ਸੋਨੀਆ ਦਾ ਛੋਟਾ ਨਾਮ ਸੋਨੂ ਸੀ। ਪਹਿਲਾਂ ਤਾਂ ਉਹ ਦੋਵੇਂ ਬਹੁਤ ਵਧੀਆ ਦੋਸਤ ਸੀ। ਪਹਿਲੀ ਵਾਰ ਉਹ ਕਾਲਜ ਦੇ ਵਿੱਚ ਹੀ ਮਿਲੀਆਂ ਸੀ ਤੇ ਇਸ ਤੋਂ ਪਹਿਲਾਂ ਉਹਨਾਂ ਦੀ ਆਪਸ ਵਿੱਚ ਕੋਈ ਜਾਣ ਪਛਾਣ ਨਹੀਂ ਸੀ। ਹੋਸਟਲ ਦੇ ਵਿੱਚ ਇੱਕੋ ਕਮਰਾ ਮਿਲਣ ਕਰਕੇ ਹੀ ਉਹਨਾਂ ਦੀ ਦੋਸਤੀ ਹੋਈ ਸੀ। ਇਹ ਦੋਸਤੀ ਇੰਨੀ ਗਹਿਰੀ ਹੋ ਗਈ ਕਿ ਉਹਨਾਂ ਦਾ ਆਉਣਾ ਜਾਣਾ, ਖਾਣਾ ਪੀਣਾ ਸਭ ਇਕੱਠਿਆਂ ਹੀ ਹੁੰਦਾ ਸੀ। ਉਹਨਾਂ ਦਾ ਆਪਸ ਵਿੱਚ ਇੰਨਾ ਲਗਾਵ ਸੀ ਕਿ ਜੇਕਰ ਇੱਕ ਜਣੀ ਆਪਣੇ ਘਰ ਚਲੀ ਜਾਂਦੀ ਸੀ ਤਾਂ ਪਿੱਛੋਂ ਦੂਜੀ ਦਾ ਜੀ ਨਹੀਂ ਲੱਗਦਾ ਸੀ। ਉਹ ਇੱਕ ਦੂਜੇ ਤੋਂ ਬਿਨਾਂ ਰਹਿ ਨਹੀਂ ਸਕਦੀਆਂ ਸੀ, ਮਤਲਬ ਕਿ ਹਰ ਪਲ ਉਹਨਾਂ ਨੂੰ ਇੱਕ ਦੂਸਰੇ ਦਾ ਸਾਥ ਚਾਹੀਦਾ ਹੀ ਸੀ। ਇਹ ਸਭ ਕੁਝ ਦੋਸਤੀ ਤੱਕ ਤਾਂ ਠੀਕ ਹੈ, ਜਿੱਥੇ ਗਹਿਰੀ ਦੋਸਤੀ ਹੋਵੇ ਉੱਥੇ ਇਹੋ ਜਿਹੀਆਂ ਚੀਜ਼ਾਂ ਆਮ ਹੀ ਹੁੰਦੀਆਂ ਨੇ। ਪਰ ਇੱਕ ਦਿਨ ਸੋਨੂ ਨੇ ਪੂਨਮ ਨੂੰ ਕਿਹਾ ਕਿ ਮੈਂ ਤੈਨੂੰ ਬਹੁਤ ਜ਼ਿਆਦਾ ਪਸੰਦ ਕਰਦੀ ਹਾਂ ਤੇ ਤੂੰ ਮੇਰੇ ਨਾਲ ਫਰੈਂਡਸ਼ਿਪ ਕਰ ਲੈ। ਹੁਣ ਪੂਨਮ ਨੇ ਅਜਿਹਾ ਕੁਝ ਸੁਣਿਆ ਹੀ ਪਹਿਲੀ ਵਾਰ ਸੀ, ਇਸ ਲਈ ਉਹ ਘਬਰਾ ਗਈ ਕਿ ਇਹ ਤੂੰ ਕਿਹੋ ਜਿਹੀਆਂ ਗੱਲਾਂ ਕਰ ਰਹੀ ਹੈ, ਆਪਾਂ ਤਾਂ ਇੱਕ ਦੂਜੇ ਦੀਆਂ ਇੰਨੀਆਂ ਵਧੀਆ ਦੋਸਤ ਹਾਂ, ਆਪਾਂ ਤਾਂ ਪਹਿਲਾਂ ਹੀ ਫਰੈਂਡ ਹਾਂ, ਆਪਣੀ ਤਾਂ ਪਹਿਲੇ ਦਿਨ ਤੋਂ ਹੀ ਫਰੈਂਡਸ਼ਿਪ ਹੈ। ਸੋਨੂ ਨੇ ਕਿਹਾ ਕਿ ਆਪਾਂ ਫਰੈਂਡ ਤਾਂ ਵਧੀਆ ਹਾਂ ਹੀ, ਪਰ ਮੈਂ ਤੈਨੂੰ ਪਸੰਦ ਕਰਦੀ ਹਾਂ ਤੇ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ। ਪਰ ਪੂਨਮ ਫਿਰ ਤੋਂ ਡਰ ਗਈ ਕਿ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੀ ਹੈ, ਪਰ ਸੋਨੂ ਲਗਾਤਾਰ ਕਈ ਦਿਨਾਂ ਤੱਕ ਉਸਨੂੰ ਮਨਾਉਂਦੀ ਰਹੀ। ਇਹ ਗੱਲ ਸੁਣ ਕੇ ਪੂਨਮ ਵੀ ਹੈਰਾਨ ਰਹਿ ਗਈ ਕਿਉਂਕਿ ਉਸਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਸੀ ਤੇ ਨਾ ਹੀ ਉਸਨੇ ਇਦਾਂ ਦਾ ਕੁਝ ਸੁਣਿਆ ਸੀ। ਸੋ ਪੂਨਮ ਨੇ ਵੀ ਨੈੱਟ ਤੋਂ ਜਾਣਕਾਰੀ ਪ੍ਰਾਪਤ ਕਰਨੀ ਸ਼ੁਰੂ ਕਰ ਦਿੱਤੀ ਤੇ ਇਸ ਬਾਰੇ ਪੜ੍ਹਨਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਉਸਨੂੰ ਵੀ ਸਮਝ ਆਉਣ ਲੱਗ ਗਈ ਕਿ ਕੁੜੀ ਵੀ ਕੁੜੀ ਦੇ ਨਾਲ ਵਿਆਹ ਕਰਵਾ ਸਕਦੀ ਹੈ। ਤਕਰੀਬਨ ਇੱਕ ਹਫ਼ਤੇ ਤੋਂ ਬਾਅਦ ਪੂਨਮ ਨੇ ਵੀ ਵਿਆਹ ਲਈ ਹਾਂ ਕਰ ਦਿੱਤੀ, ਪਰ ਹੁਣ ਡਰ ਇਹ ਸੀ ਕਿ ਅਸੀਂ ਆਪਣੇ ਘਰਦਿਆਂ ਨੂੰ ਕਿਵੇਂ ਦੱਸਾਂਗੀਆਂ। ਸਾਡੇ ਘਰਦੇ ਦਿੱਲੀ ਬੰਬੇ ਵਰਗੇ ਸ਼ਹਿਰ ਵਿੱਚ ਤਾਂ ਨਹੀਂ ਰਹਿੰਦੇ ਕਿ ਇੰਨੀ ਜ਼ਿਆਦਾ ਸੋਚ ਐਡਵਾਂਸ ਰੱਖਦੇ ਹੋਣਗੇ। ਸੋ ਇਹਨਾਂ ਨੂੰ ਡਰ ਇਹੀ ਸੀ ਕਿ ਘਰਦਿਆਂ ਨੂੰ ਕਿਵੇਂ ਦੱਸੀਏ ਤੇ ਕਿਵੇਂ ਮਨਾਈਏ। ਪਰ ਜਦੋਂ ਇੱਕ ਮਹੀਨੇ ਬਾਅਦ ਉਹ ਘਰ ਵਾਪਸ ਗਈਆਂ ਤਾਂ ਉਹਨਾਂ ਨੇ ਹਿੰਮਤ ਕਰਕੇ ਆਪਣੇ ਘਰਦਿਆਂ ਨੂੰ ਸਭ ਕੁਝ ਦੱਸ ਦਿੱਤਾ। ਘਰਦੇ ਇਹ ਗੱਲ ਸੁਣ ਕੇ ਇੰਨੇ ਜ਼ਿਆਦਾ ਗੁੱਸੇ ਹੋਏ ਕਿ ਉਹ ਗਾਲਾਂ ਕੱਢਣ ਲੱਗ ਪਈ ਕਿ ਪੜ੍ਹ ਲਿਖ ਕੇ ਤੁਸੀਂ ਇਹੀ ਕੁਝ ਸਿੱਖਿਆ ਹੈ, ਤੁਸੀਂ ਇਹ ਕੁਝ ਕਰਨ ਜਾਂਦੀਆਂ ਹੋ ਕਾਲਜ ਦੇ ਵਿੱਚ, ਪੜ੍ਹਾਈ ਨੇ ਤੁਹਾਡਾ ਦਿਮਾਗ ਖਰਾਬ ਕਰ ਦਿੱਤਾ ਹੈ। ਘਰਦਿਆਂ ਨੇ ਕਿਹਾ ਕਿ ਇਸ ਤਰ੍ਹਾਂ ਕਦੇ ਨਹੀਂ ਹੋ ਸਕਦਾ। ਘਰਦਿਆਂ ਤੋਂ ਗਾਲਾਂ ਸੁਣ ਕੇ ਉਹ ਵਾਪਸ ਹੋਸਟਲ ਵਿੱਚ ਆ ਗਈਆਂ। ਉਸ ਤੋਂ ਬਾਅਦ ਜਦੋਂ ਵੀ ਉਹ ਘਰ ਵਾਪਸ ਜਾਂਦੀਆਂ ਸੀ ਤਾਂ ਘਰਦਿਆਂ ਅੱਗੇ ਮਿੰਨਤਾਂ ਤਰਲੇ ਕਰਦੀਆਂ ਸੀ, ਪਰ ਘਰਦੇ ਹਮੇਸ਼ਾ ਇਹੀ ਕਹਿੰਦੇ ਸੀ ਕਿ ਅਜਿਹਾ ਅਸੀਂ ਕਦੇ ਕੁਝ ਨਹੀਂ ਦੇਖਿਆ ਤੇ ਨਾ ਹੀ ਅਜਿਹਾ ਕੁਝ ਸੁਣਿਆ ਹੈ, ਤੇ ਤੁਸੀਂ ਦੱਸੋ ਕਿ ਇਸ ਚੀਜ਼ ਦਾ ਭਵਿੱਖ ਕੀ ਹੈ। ਜਦੋਂ ਘਰਦੇ ਨਾ ਹੀ ਮੰਨੇ ਤਾਂ ਕੁੜੀਆਂ ਅੱਕ ਗਈਆਂ ਤੇ ਉਹਨਾਂ ਨੇ ਘਰੋਂ ਭੱਜਣ ਦਾ ਪਲਾਨ ਬਣਾ ਲਿਆ ਤੇ ਇੱਕ ਦਿਨ ਪਲਾਨ ਕਰਕੇ ਘਰੋਂ ਭੱਜ ਗਈਆਂ, ਜਿਸ ਕਰਕੇ ਉਹਨਾਂ ਦੇ ਪਰਿਵਾਰ ਬਹੁਤ ਪਰੇਸ਼ਾਨ ਹੋਏ। ਉਹਨਾਂ ਨੇ ਕਈ ਜਗ੍ਹਾ ਤੇ ਰਿਸ਼ਤੇਦਾਰੀਆਂ ਦੇ ਵਿੱਚ ਕੁੜੀਆਂ ਨੂੰ ਲੱਭਿਆ, ਪਰ ਜਦੋਂ ਨਾ ਲੱਭੀਆਂ ਤਾਂ ਉਹਨਾਂ ਨੇ ਪੁਲਿਸ ਨੂੰ ਕੰਪਲੇਂਟ ਕਰ ਦਿੱਤੀ। ਪੁਲਿਸ ਨੇ ਦੋਵਾਂ ਦੇ ਫੋਨ ਟਰੇਸ ਕਰਕੇ ਚੰਡੀਗੜ੍ਹ ਦੇ ਇੱਕ ਅਪਾਰਟਮੈਂਟ ਤੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਅਸਲ ਵਿੱਚ ਉਹਨਾਂ ਨੇ ਅਗਲੇ ਦਿਨ ਵਿਆਹ ਹੀ ਕਰਵਾਉਣਾ ਸੀ, ਪਰ ਉਹ ਪਹਿਲਾਂ ਹੀ ਅਰੈਸਟ ਹੋ ਗਈਆਂ। ਪੁਲਿਸ ਨੇ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਤਾਂ ਉਹਨਾਂ ਨੇ ਜੱਜ ਨੂੰ ਸਾਫ਼ ਕਹਿ ਦਿੱਤਾ ਕਿ ਅਸੀਂ ਦੋਵੇਂ ਬਾਲਗ ਹਾਂ ਤੇ ਅਸੀਂ ਦੋਵੇਂ ਪੂਰੀ ਸਹਿਮਤੀ ਦੇ ਨਾਲ ਇੱਕ ਦੂਜੇ ਨਾਲ ਵਿਆਹ ਕਰਵਾਉਣਾ ਚਾਹੁੰਦੀਆਂ ਹਾਂ। ਕੁੜੀਆਂ ਨੇ ਨਵੇਂ ਬਣੇ ਕਾਨੂੰਨ ਅਨੁਸਾਰ ਆਪਣੇ ਬਣਦੇ ਅਧਿਕਾਰ ਦਾ ਵੀ ਹਵਾਲਾ ਦਿੱਤਾ। ਸੋ ਜੱਜ ਨੇ ਪੂਰੀ ਗੱਲ ਸੁਣ ਕੇ ਦੋਵਾਂ ਨੂੰ ਵਿਆਹ ਕਰਾਉਣ ਦੀ ਇਜਾਜ਼ਤ ਦੇ ਦਿੱਤੀ। ਹੁਣ ਉਹਨਾਂ ਦੇ ਘਰ ਦੇ ਵੀ ਕੁਝ ਨਹੀਂ ਕਰ ਸਕਦੇ ਸੀ ਕਿਉਂਕਿ ਕੋਰਟ ਤੋਂ ਆਰਡਰ ਹੋ ਚੁੱਕੇ ਸਨ। ਕੁਝ ਪੁਲਿਸ ਵਾਲਿਆਂ ਦੀ ਨਿਗਰਾਨੀ ਦੇ ਵਿੱਚ ਉਹਨਾਂ ਦਾ ਅਗਲੇ ਦਿਨ ਵਿਆਹ ਕਰਵਾ ਦਿੱਤਾ ਗਿਆ ਤੇ ਕਾਗਜ਼ੀ ਕਾਰਵਾਈ ਵੀ ਸਾਰੀ ਉਸੇ ਦਿਨ ਹੀ ਪੂਰੀ ਕਰ ਦਿੱਤੀ ਗਈ। ਇਸ ਤਰ੍ਹਾਂ ਦੋਵੇਂ ਕੁੜੀਆਂ ਨੇ ਆਪਸ ਵਿੱਚ ਵਿਆਹ ਤਾਂ ਕਰਵਾ ਲਿਆ, ਪਰ ਦੋਵਾਂ ਦੇ ਪਰਿਵਾਰਾਂ ਵਿੱਚੋਂ ਕੋਈ ਵੀ ਖੁਸ਼ ਨਹੀਂ ਸੀ ਕਿਉਂਕਿ ਪੂਰੇ ਸਮਾਜ ਵਿੱਚ ਰਿਸ਼ਤੇਦਾਰੀਆਂ ਦੇ ਵਿੱਚ ਉਹਨਾਂ ਦੀ ਬਹੁਤ ਬਦਨਾਮੀ ਹੋਈ ਸੀ। ਇਸ ਲਈ ਦੋਵੇਂ ਪਰਿਵਾਰਾਂ ਨੇ ਉਹਨਾਂ ਕੁੜੀਆਂ ਨਾਲੋਂ ਰਿਸ਼ਤਾ ਤੋੜ ਲਿਆ।
ਅਤੇ ਕਹਿ ਦਿੱਤਾ ਕਿ ਤੁਸੀਂ ਸਾਡੇ ਲਈ ਮਰ ਗਈਆਂ ਹੋ। ਸਾਡੇ ਘਰ ਦੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਵਾਸਤੇ ਬੰਦ ਹੋ ਗਏ ਹਨ। ਦੋਵਾਂ ਕੁੜੀਆਂ ਦੇ ਪਿੰਡ ਵਾਲੇ ਵੀ ਇਸ ਵਿਆਹ ਦੇ ਵਿਰੁੱਧ ਸਨ। ਇਸ ਕਰਕੇ ਉਹਨਾਂ ਪੰਚਾਇਤਾਂ ਨੇ ਮਤਾ ਪਾਇਆ ਕਿ ਇਹਨਾਂ ਨੂੰ ਪਿੰਡ ਵਿੱਚ ਰਹਿਣ ਲਈ ਕੋਈ ਵੀ ਮਕਾਨ ਕਿਰਾਏ ਤੇ ਨਾ ਦਿੱਤਾ ਜਾਵੇ। ਹੁਣ ਕਾਨੂੰਨੀ ਤੌਰ ਤੇ ਤਾਂ ਉਹ ਪਿੰਡ ਵਿੱਚੋਂ ਰਹਿਣ ਤੋਂ ਰੋਕ ਨਹੀਂ ਸਕਦੇ ਸੀ, ਸੋ ਇਸ ਤਰ੍ਹਾਂ ਸਲਾਹ ਬਣਾ ਕੇ ਉਹਨਾਂ ਨੂੰ ਪਿੰਡ ਵਿੱਚ ਕਿਰਾਏ ਤੇ ਮਕਾਨ ਨਾ ਲੈਣ ਦਿੱਤਾ ਗਿਆ ਤੇ ਘਰ ਦੇ ਦਰਵਾਜ਼ੇ ਤਾਂ ਪਹਿਲਾਂ ਹੀ ਉਹਨਾਂ ਲਈ ਬੰਦ ਹੋ ਚੁੱਕੇ ਸੀ। ਸੋ ਮਜਬੂਰੀ ਵਿੱਚ ਉਹਨਾਂ ਦੋਵਾਂ ਨੂੰ ਆਪਣੇ ਆਪਣੇ ਪਿੰਡ ਛੱਡ ਕੇ ਉੱਥੋਂ ਜਾਣਾ ਪਿਆ ਅਤੇ ਆਪਣਾ ਸਮਾਨ ਚੱਕ ਕੇ ਲੁਧਿਆਣੇ ਵਿੱਚ ਜਾ ਕੇ ਕਿਰਾਏ ਤੇ ਕਮਰਾ ਲੈ ਕੇ ਰਹਿਣ ਲੱਗ ਪਈਆਂ। ਇਸ ਤਰ੍ਹਾਂ ਦੋ ਕੁੜੀਆਂ ਨੇ ਸਮਾਜ ਦੇ ਚੱਲਦੇ ਰੀਤੀ ਰਿਵਾਜ਼ਾਂ ਨੂੰ ਬਦਲ ਕੇ ਰੱਖ ਦਿੱਤਾ, ਜਿਸ ਕਰਕੇ ਉਹਨਾਂ ਦੇ ਪਰਿਵਾਰਾਂ ਨੂੰ ਬਹੁਤ ਵੱਡਾ ਧੱਕਾ ਲੱਗਾ। ਇਸ ਤੋਂ ਪਹਿਲਾਂ ਵੀ ਮਾਨਸਾ ਦੀ ਡਿੰਪਲ ਅਤੇ ਮਨੀਸ਼ਾ, ਪਾਇਲ ਅਤੇ ਯਸ਼ਵਿਕਾ, ਪ੍ਰੀਤੀ ਅਤੇ ਸੋਨਮ ਨਾਮ ਦੀਆਂ ਕੁੜੀਆਂ ਵੀ ਆਪਸ ਵਿੱਚ ਸਮਲਿੰਗੀ ਵਿਆਹ ਕਰਵਾ ਚੁੱਕੀਆਂ ਹਨ। ਤੁਸੀਂ ਅਜਿਹੇ ਵਿਆਹਾਂ ਬਾਰੇ ਕੀ ਰਾਏ ਰੱਖਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ। ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।